ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਗੱਟੇ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਰਿਕੁਐਸਟ ਸੀ ਇਸ ਵੀਡੀਓ ਦੇ ਵਾਸਤੇ, ਅਤੇ ਗੱਟੇ ਦੀ ਸਬਜ਼ੀ ਬਣਾਉਣ ਦੇ ਲਈ ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਆ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਗੱਟੇ ਦੀ ਸਬਜ਼ੀ ਬਣਾਉਣ ਦੇ ਵਾਸਤੇ ਆਪਾਂ ਇੱਕ ਕੌਲੀ ਜਿਹੜਾ ਆ ਬੇਸਣ ਲਿਆ ਆ, ਅੱਧਾ ਛੋਟਾ ਚਮਚਾ ਜੀਰਾ ਆ, ਅੱਧਾ ਛੋਟਾ ਚਮਚਾ ਅਜਵਾਇਣ ਆ, ਇੱਕ ਚਮਚਾ ਜਿਹੜਾ ਆ ਮੇਥੀ ਲਈ ਆ ਸੁੱਕੀ ਹੋਈ, ਅਤੇ ਅੱਧੀ ਕੌਲੀ ਤੋਂ ਜ਼ਿਆਦਾ ਆਪਾਂ ਦਹੀਂ ਲਿਆ ਆ, ਅਤੇ ਤਿੰਨ ਚਾਰ ਚਮਚੇ ਜਿਹੜਾ ਆ ਦੇਸੀ ਘਿਓ ਆ, ਹਿੰਗ ਵੀ ਪਾਵਾਂਗੇ ਆਪਾਂ ਥੋੜ੍ਹੀ ਜੀ। ਦੋ ਚਮਚੇ ਆਪਾਂ ਅਦਰਕ ਅਤੇ ਲਸਣ ਜਿਹੜਾ ਆ ਉਹਨੂੰ ਕੁੱਟਿਆ ਹੋਇਆ ਆ, ਦੋ ਪਿਆਜ਼ ਆ ਇਹ ਵੀ ਆਪਾਂ ਕੱਟ ਲਏ ਆ, ਧਨੀਆ ਆ, ਦੋ ਟਮਾਟਰ ਅਤੇ ਹਰੀਆਂ ਮਿਰਚਾਂ ਜਿਹੜੀਆਂ ਆ ਇਹਨੂੰ ਬਿਲਕੁਲ ਆਪਾਂ ਬਰੀਕ ਪੀਸਣਾ ਆ ਮਿਕਸੀ ਦੇ ਵਿੱਚ ਪਾ ਕੇ, ਅਤੇ ਨਮਕ ਦੇ ਮਿਰਚ ਜਿਹੜਾ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦੂੰਗੀ, ਅਤੇ ਜਿਹੜਾ ਤੇਲ ਆ ਆਪਾਂ ਇਹ ਵੀ ਪਾਵਾਂਗੇ। ਹੁਣ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਜਿਹੜਾ ਸਾਡਾ ਬੇਸਣ ਆ ਇਹਨੂੰ ਅਸੀਂ ਗੁੰਨ ਕੇ ਤਿਆਰ ਕਰਨਾ ਆ। ਇਹ ਜਿਹੜੀ ਗੱਟੇ ਦੀ ਸਬਜ਼ੀ ਆ ਇਹ ਰਾਜਸਥਾਨ ਦੀ ਸਬਜ਼ੀ ਆ, ਰਾਜਸਥਾਨ ਦੇ ਵਿੱਚ ਇਹ ਕਾਫੀ ਮਸ਼ਹੂਰ ਆ, ਅਤੇ ਗਰਮੀਆਂ ਦੇ ਵਿੱਚ ਪਰ ਇਹਨੂੰ ਆਪਾਂ ਘਰਾਂ ਦੇ ਵਿੱਚ ਬਣਾਉਂਦੇ ਹਾਂ, ਖਾਣ ਦੇ ਵਿੱਚ ਇਹਦਾ ਜਿਹੜਾ ਸਵਾਦ ਹੁੰਦਾ ਆ ਬਹੁਤ ਹੀ ਵਧੀਆ ਹੁੰਦਾ ਆ। ਬੇਸਣ ਜਿਹੜਾ ਆ ਆਪਾਂ ਇੱਦਾਂ ਇੱਕ ਡੋਂਗੇ 'ਚ ਪਾ ਲੈਣਾ ਆ, ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ, ਜੀਰਾ ਵੀ ਜਿਹੜਾ ਆਪਾਂ ਇੱਦਾਂ ਮਸਲ ਕੇ ਪਾਉਣਾ ਆ, ਅੱਧਾ ਛੋਟਾ ਚਮਚਾ ਜਿਹੜੀ ਅਜਵਾਇਣ ਆ ਇਹ ਵੀ ਇੱਦਾਂ ਮਸਲ ਕੇ ਪਾਵਾਂਗੇ, ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਪਾਉਣਾ ਆ ਨਮਕ, ਤੁਸੀਂ ਸਵਾਦ ਦੇ ਹਿਸਾਬ ਨਾਲ ਪਾਉਣਾ ਆ, ਥੋੜ੍ਹੀ ਜਿਹੀ ਲਾਲ ਮਿਰਚ ਅਤੇ ਥੋੜ੍ਹੀ ਜਿਹੀ ਪਾਣੀ ਆਪਾਂ ਹਲਦੀ, ਇੱਕ ਡੇਢ ਚਮਚਾ ਇਹਦੇ ਵਿੱਚ ਪਾਉਣਾ ਆ ਆਪਾਂ ਦੇਸੀ ਘਿਓ ਦਾ। ਦੇਸੀ ਘਿਓ ਪਾਉਣ ਨਾਲ ਕੀ ਹੁੰਦਾ ਆ, ਜਿਹੜੇ ਗੱਟੇ ਆ ਇਹ ਨਰਮ ਬਣਦੇ ਆ, ਅਤੇ ਸਾਨੂੰ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਜਿਹੜਾ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇੱਕ ਵਾਰੀ ਇੱਦਾਂ ਆਪਾਂ ਮਿਲਾ ਲੈਣਾ ਇਹਨੂੰ, ਅਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਚਾਰ ਚਮਚੇ ਜਿਹੜੇ ਆ ਦਹੀਂ ਦੇ ਪਾਉਣੇ ਆ, ਚਾਰ ਚਮਚੇ ਪਾ ਲਾਂਗੇ, ਅਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਦਾਂ ਮਿਲਾ ਲੈਣਾ ਆ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਕਰਕੇ ਇਹਦੇ ਵਿੱਚ ਪਾਉਣਾ ਆ, ਅਤੇ ਇਹਨੂੰ ਆਪਾਂ ਗੁੰਨ ਲੈਣਾ ਆ। ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਇਹਦਾ ਜਿਹੜਾ ਇਹ ਆਪਾਂ ਬੇਸਣ ਗੁੰਨਣਾ ਆ ਇਹ ਨਾ ਤਾਂ ਬਹੁਤ ਜ਼ਿਆਦਾ ਸਖਤ ਹੋਣਾ ਚਾਹੀਦਾ ਆ, ਅਤੇ ਨਾ ਇਹ ਜ਼ਿਆਦਾ ਪਤਲਾ ਹੋਣਾ ਚਾਹੀਦਾ ਆ। ਬਿਲਕੁਲ ਨਰਮ ਆਟਾ ਜਿਹੜਾ ਹੈ ਆਪਾਂ ਗੁੰਨ ਕੇ ਇਹਦਾ ਤਿਆਰ ਕਰ ਲਿਆ ਆ, ਇਸ ਤਰੀਕੇ ਦਾ ਹੋਣਾ ਚਾਹੀਦਾ ਆ, ਨਾ ਬਹੁਤ ਜ਼ਿਆਦਾ ਨਰਮ ਹੋਵੇ ਅਤੇ ਨਾ ਬਹੁਤ ਜ਼ਿਆਦਾ ਸਖਤ ਹੋਵੇ। ਅਤੇ ਜੇ ਜ਼ਿਆਦਾ ਸਖਤ ਹੋਊਗਾ ਤਾਂ ਫਿਰ ਕੀ ਹੋਊਗਾ, ਸਾਡੇ ਜਿਹੜੇ ਗੱਟੇ ਆ ਉਹ ਸਖਤ ਬਣੂਗੇ। ਅਤੇ ਇੱਕ ਚੀਜ਼ ਦਾ ਧਿਆਨ ਰੱਖਣਾ, ਜਿੱਦਾਂ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਇਆ, ਕਈ ਇਹਦੇ ਵਿੱਚ ਦੋਨੇ ਚੀਜ਼ਾਂ ਪਾ ਲੈਂਦੇ ਆ, ਪਰ ਉਹ ਤੁਸੀਂ ਦੇਖ ਲੈਣਾ ਹੈ, ਚਾਹੇ ਦੋਨੇ ਚੀਜ਼ਾਂ ਇਕੱਠੀਆਂ ਪਾ ਲਓ ਅਤੇ ਚਾਹੇ ਤੁਸੀਂ ਇਕੱਲਾ ਦੇਸੀ ਘਿਓ। ਦੇਸੀ ਘਿਓ ਜਿਹੜਾ ਹੈ ਤੁਸੀਂ ਬੇਸਣ ਦੇ ਹਿਸਾਬ ਨਾਲ ਪਾਉਣਾ ਹੈ, ਕਿੰਨੇ ਕੁ ਚਮਚੇ ਪਾਉਣੇ ਆ ਉਹ ਦੇਖ ਲੈਣੇ, ਕਿਉਂਕਿ ਜੇ ਦੇਸੀ ਘਿਓ ਜਿੰਨਾ ਆਪਾਂ ਪਾਵਾਂਗੇ ਉਨੇ ਜਿਹੜੇ ਆਪਣੇ ਗੱਟੇ ਆ ਜਿਹੜੇ ਨਰਮ ਬਣੂਗੇ। ਆਪਾਂ ਇਹਨੂੰ ਇੱਦਾਂ ਪੇੜਿਆਂ ਦੇ ਵਿੱਚ ਇੱਦਾਂ ਤੋੜ ਲੈਣਾ ਆ, ਅਤੇ ਹੁਣ ਆਪਾਂ ਕੀ ਕਰਨਾ, ਹੱਥ ਦੇ ਨਾਲ ਇਸ ਤਰੀਕੇ ਦੇ ਨਾਲ ਇੱਦਾਂ ਲੰਬਾਈ ਦੇ ਵਿੱਚ ਜਿਹੜੇ ਗੱਟੇ ਬਣਾ ਕੇ ਤਿਆਰ ਕਰ ਲੈਣੇ ਆ। ਸਾਰੇ ਗੱਟੇ ਜਿਹੜੇ ਸਾਡੇ ਬਣ ਕੇ ਤਿਆਰ ਆ, ਹੁਣ ਆਪਾਂ ਇਹਨੂੰ ਉਬਾਲ ਲੈਣਾ ਆ। ਪਾਣੀ ਆਪਾਂ ਉਬਲਣ ਲਈ ਪਹਿਲਾਂ ਹੀ ਰੱਖ ਦਿੱਤਾ ਸੀ। ਜਦੋਂ ਵੀ ਤੁਸੀਂ ਇਹਨਾਂ ਨੂੰ ਗੱਟਿਆਂ ਨੂੰ ਉਬਾਲਣਾ ਆ, ਇੱਕ ਚੀਜ਼ ਦਾ ਧਿਆਨ ਰੱਖਣਾ ਆ, ਪਾਣੀ ਜਿਹੜਾ ਬਿਲਕੁਲ ਉਬਲਦਾ ਹੋਣਾ ਚਾਹੀਦਾ ਆ, ਠੰਡੇ ਪਾਣੀ ਦੇ ਵਿੱਚ ਇਹਨਾਂ ਨੂੰ ਤੁਸੀਂ ਨਹੀਂ ਪਾਉਣਾ। ਇੱਕ ਇੱਕ ਕਰਕੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ, ਅਤੇ ਇਹਨਾਂ ਨੂੰ ਆਪਾਂ ਉਬਲਣ ਦੇਵਾਂਗੇ ਜਦੋਂ ਤੱਕ ਇਹ ਚੰਗੇ ਤਰੀਕੇ ਦੇ ਨਾਲ ਨਹੀਂ ਪੱਕ ਜਾਂਦੇ। ਚੈੱਕ ਕਰ ਲੈਂਦੇ ਹਾਂ, ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਹਿਲਾਉਣਾ। ਅਤੇ ਇਹਦੇ ਵਿੱਚ ਮੈਂ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਪਾ ਦਿੱਤਾ ਸੀ, ਮੈਂ ਪਾਣੀ ਕੱਢ ਲਿਆ ਆ, ਮਤਲਬ ਤੁਸੀਂ ਦੋ ਕੁ ਗਲਾਸ ਵਿੱਚ ਪਾਣੀ ਦੇ ਪਾਉਣੇ ਆ, ਤਾਂ ਕਿ ਇੱਕ ਗਲਾਸ ਜਿਹੜਾ ਪਾਣੀ ਦਾ ਸੜ ਜਾਵੇ ਇਹਨਾਂ ਨੂੰ ਪੱਕਦੇ ਪੱਕਦੇ, ਅਤੇ ਜਿਹੜਾ ਇੱਕ ਗਲਾਸ ਬਚੇ ਉਹ ਅਸੀਂ ਇਹਦੀ ਗ੍ਰੇਵੀ ਬਣਾਉਣ ਲਈ ਜਦੋਂ ਸਾਨੂੰ ਪਾਣੀ ਦੀ ਲੋੜ ਪਊਗੀ ਅਸੀਂ ਇਹੀ ਪਾਣੀ ਨੂੰ ਜਿਹੜਾ ਆ ਇਸਤੇਮਾਲ ਕਰ ਲਵਾਂਗੇ। ਹਲੇ ਆਪਾਂ ਇਹਨੂੰ ਹੋਰ ਚੰਗੀ ਤਰ੍ਹਾਂ ਪੱਕਣ ਦੇਵਾਂਗੇ, ਉੱਪਰੋਂ ਦੀ ਢੱਕ ਦਾਂਗੇ। ਗੱਟੇ ਜਿਹੜੇ ਆ ਸਾਡੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਨੇ।
ਇਹਨਾਂ ਨੂੰ ਪੱਕਣ ਦਾ ਦੇਖੋ ਕੀ ਦੇਖਣ ਦਾ ਹੁੰਦਾ ਕਿ ਆਹ ਜਿੱਦਾਂ ਇਹਦੇ ਉੱਪਰ ਚਿੱਟੇ ਚਿੱਟੇ ਜਿਹੇ ਦਾਣੇ ਜਿਹੜੇ ਆਉਣੇ ਸ਼ੁਰੂ ਹੋਏ ਆ, ਇਹਦਾ ਮਤਲਬ ਹੁੰਦਾ ਹੈ ਕਿ ਗੱਟਾ ਜਿਹੜਾ ਸਾਡਾ ਚੰਗੇ ਤਰੀਕੇ ਦੇ ਨਾਲ ਅੰਦਰੋਂ ਪੱਕ ਗਿਆ ਆ। ਜਦੋਂ ਆਹ ਉੱਪਰੋਂ ਚਿੱਟੇ ਚਿੱਟੇ ਜਿਹੇ ਆਪਾਂ ਨੂੰ ਦਿਸਣੇ ਸ਼ੁਰੂ ਹੋ ਜਾਣ, ਉਦੋਂ ਤੁਸੀਂ ਇਹਨਾਂ ਨੂੰ ਥੱਲੇ ਤਾਰ ਲੈਣਾ ਹੈ। ਹੁਣ ਆਪਾਂ ਇਹਨੂੰ ਥੱਲੇ ਤਾਰ ਲੈਂਦੇ ਹਾਂ, ਉਸੇ ਡੋਂਗੇ ਦੇ ਵਿੱਚ ਜਿਹੜੇ ਆਪਾਂ ਗੱਟੇ ਆਪਣੇ ਆ ਕੱਢ ਲੈਣੇ ਆ। ਕੜਾਹੀ ਰੱਖ ਦਿੱਤੀ ਆ ਆਪਾਂ, 2 ਚਮਚੇ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਉਣਾ ਹੈ ਅਤੇ 1/2 ਕੜਛੀ ਇਹਦੇ ਵਿੱਚ ਆਪਾਂ ਤੇਲ ਦੀ ਪਾਣੀ ਆ। ਇਹਨੂੰ ਗਰਮ ਕਰ ਲੈਣਾ ਆਪਾਂ। ਤੇਲ ਸਾਡਾ ਗਰਮ ਹੋ ਗਿਆ, ਥੋੜ੍ਹੀ ਜਿਹੀ ਆਪਾਂ ਇਹ 'ਚ ਹਿੰਗ ਪਾ ਦਾਂਗੇ, 1 ਚਮਚਾ ਆਪਾਂ ਇਹਦੇ 'ਚ ਪਾ ਦਾਂਗੇ ਜੀਰੇ ਦਾ, ਇਹਨੂੰ ਆਪਾਂ ਭੁੰਨ ਲੈਣਾ ਆ। ਜੀਰਾ ਅਤੇ ਹਿੰਗ ਜਿਹੜਾ ਸਾਡਾ ਭੁੰਨਿਆ ਗਿਆ, ਹੁਣ ਆਪਾਂ ਇਹਦੇ ਵਿੱਚ ਜਿਹੜਾ ਪਿਆਜ਼ ਆ ਉਹ ਪਾ ਦੇਣਾ। ਪਿਆਜ਼ ਜਿਹੜਾ ਆ ਸਾਡਾ ਹਲਕਾ ਜਿਹਾ ਭੁੰਨ ਹੋ ਗਿਆ। ਇਹ ਸਬਜ਼ੀ ਦੇ ਵਿੱਚ ਪਿਆਜ਼ ਜਿਹੜਾ ਆ ਬਹੁਤ ਜ਼ਿਆਦਾ ਨਹੀਂ ਭੁੰਨਣਾ, ਸਿਰਫ ਆਪਾਂ ਗੁਲਾਬੀ ਜਿਹਾ ਪਿਆਜ਼ ਕਰਨਾ ਆ। ਉਸ ਤੋਂ ਬਾਅਦ ਹੀ ਆਪਾਂ ਇਹਦੇ 'ਚ ਅਦਰਕ ਅਤੇ ਜਿਹੜਾ ਲਸਣ ਆ ਕੁੱਟਿਆ ਹੋਇਆ ਉਹ ਪਾ ਦੇਣਾ ਆ ਅਤੇ ਇਹਨੂੰ ਆਪਾਂ ਭੁੰਨ ਲੈਣਾ ਚੰਗੀ ਤਰ੍ਹਾਂ। ਜਦੋਂ ਤੱਕ ਅਦਰਕ ਜਿਹੜਾ ਲਸਣ ਆਪਣਾ ਭੁੰਨਿਆ ਜਾਂਦਾ ਆ, ਆਪਾਂ ਗੱਟੇ ਜਿਹੜੇ ਆ ਆਪਾਂ ਕੱਟ ਕੇ ਤਿਆਰ ਕਰ ਲੈਣੇ ਆ। ਬਿਲਕੁਲ ਨਰਮ ਗੱਟੇ ਜਿਹੜੇ ਆ ਸਾਡੇ ਬਣੇ ਆ, ਅੰਦਰੋਂ ਬਿਲਕੁਲ ਸੌਫਟ ਨੇ ਅਤੇ ਬਿਲਕੁਲ ਵੀ ਜਿਹੜੇ ਸਖਤ ਨਹੀਂ ਹੈਗੇ, ਅੰਦਰੋਂ ਦੀ ਵੀ ਬਿਲਕੁਲ ਨਰਮ ਬਣੇ ਆ। ਸਾਰੇ ਗੱਟੇ ਜਿਹੜੇ ਆਪਾਂ ਇਸੇ ਤਰੀਕੇ ਦੇ ਨਾਲ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈਣੇ ਆ। ਅਦਰਕ ਲਸਣ ਜਿਹੜਾ ਸਾਡਾ ਭੁੰਨਿਆ ਗਿਆ, ਟਮਾਟਰ ਅਤੇ ਜਿਹੜੀ ਹਰੀ ਮਿਰਚ ਸੀ ਇਹਨੂੰ ਮਿਕਸੀ 'ਚ ਆਪਾਂ ਪੀਸ ਲਿਆ ਆ, ਇਹ ਵੀ ਪਾ ਦੇਣਾ ਆ। ਟਮਾਟਰ ਨੂੰ ਆਪਾਂ ਭੁੰਨਾਂਗੇ 2-3 ਮਿੰਟ ਤੱਕ, ਜਦੋਂ ਤੱਕ ਇਹਦਾ ਕੱਚਾਪਣ ਜਿਹੜਾ ਆ ਚੰਗੇ ਤਰੀਕੇ ਦੇ ਨਾਲ ਦੂਰ ਨਹੀਂ ਹੋ ਜਾਂਦਾ। ਟਮਾਟਰ ਜਿਹੜਾ ਸਾਡਾ ਭੁੰਨਿਆ ਗਿਆ, ਮੇਥੀ ਜਿਹੜੀ ਆ ਆਪਾਂ ਹੱਥਾਂ ਦੇ ਨਾਲ ਇਹਦਾ ਮਸਲ ਕੇ ਵਿੱਚ ਪਾ ਦੇਣੀ ਆ। ਹੁਣ ਮਸਾਲੇ ਪਾ ਦਾਂਗੇ ਆਪਾਂ ਇਹਦੇ ਵਿੱਚ। ਮਿਰਚ ਪਾਵਾਂਗੇ, ਥੋੜ੍ਹੀ ਪਾਣੀ ਹੈ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਹੈ, ਬਾਕੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਣੀ ਹੈ। 1/2 ਛੋਟਾ ਚਮਚਾ ਜਿਹੜੀ ਹੈ ਕਸ਼ਮੀਰੀ ਲਾਲ ਮਿਰਚ ਪਾਉਣੀ ਹੈ ਅਤੇ 1/2 ਚਮਚੇ ਤੋਂ ਥੋੜ੍ਹਾ ਜਿਹਾ ਘੱਟ ਜਿਹੜੀ ਆਪਾਂ ਹਲਦੀ ਪਾਉਣੀ ਹੈ, ਬਾਕੀ ਹਲਦੀ ਵੀ ਤੁਸੀਂ ਆਪਣੇ ਸਵਾਦ ਹਿਸਾਬ ਨਾਲ ਪਾ ਸਕਦੇ ਹੋ। ਨਮਕ ਜਿਹੜਾ ਹੈ ਆਪਾਂ ਬਾਅਦ 'ਚੋਂ ਪਾਉਣਾ ਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਹਿਲਾ ਲੈਣਾ ਆ। ਹਿਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਆ ਦਹੀਂ। ਦਹੀਂ ਜਿਹੜਾ ਆ ਆਪਾਂ ਇੱਕ ਹਿਲਾਈ ਜਾਣਾ ਆ ਮਸਾਲੇ ਨੂੰ ਅਤੇ ਥੋੜ੍ਹਾ ਥੋੜ੍ਹਾ ਕਰਕੇ ਵਿੱਚ ਪਾਈ ਜਾਣਾ ਹੈ। ਲਗਾਤਾਰ ਜਿਹੜਾ ਹੱਥ ਚੱਲਣਾ ਚਾਹੀਦਾ ਤੁਹਾਡਾ ਜਦੋਂ ਤੁਸੀਂ ਦਹੀਂ ਪਾਉਣਾ ਆ। ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਣਾ ਆ। ਦੇਖੋ ਦਹੀਂ ਸਾਡਾ ਬਿਲਕੁਲ ਨਹੀਂ ਫਟਿਆ, ਨਹੀਂ ਤਾਂ ਕੀ ਹੁੰਦਾ ਜੇ ਆਪਾਂ ਦਹੀਂ ਪਾਉਂਦੇ ਟਾਈਮ ਮਸਾਲੇ ਨੂੰ ਨਾ ਹਿਲਾਈਏ ਤਾਂ ਫਿਰ ਜਿਹੜਾ ਦਹੀਂ ਆ ਫਟ ਜਾਂਦਾ। ਅਤੇ ਦੂਸਰੀ ਗੱਲ, ਇੱਕ ਚੀਜ਼ ਦਾ ਧਿਆਨ ਹੋਰ ਵੀ ਰੱਖੀਦਾ ਹੁੰਦਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਸਬਜ਼ੀ 'ਚ ਦਹੀਂ ਪਾਉਣਾ ਆ, ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਆ। ਜੇ ਤੁਸੀਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟੋਗੇ ਫਿਰ ਦਹੀਂ ਦੇ ਜਿਹੜੇ ਫਟਣ ਦੇ ਆਸਾਰ ਬਹੁਤ ਘੱਟ ਹੁੰਦੇ ਆ। ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਹਲੇ 2-3 ਮਿੰਟ ਤੱਕ ਹੋਰ ਭੁੰਨਾਂਗੇ, ਫਿਰ ਆਪਾਂ ਇਹਦੇ ਵਿੱਚ ਜਿਹੜੇ ਗੱਟੇ ਆ ਉਹ ਪਾਵਾਂਗੇ। ਮਸਾਲਾ ਦੇਖੋ ਸਾਡਾ ਚੰਗੀ ਤਰ੍ਹਾਂ ਭੁੰਨਿਆ ਗਿਆ, ਬਿਲਕੁਲ ਜਿਹੜਾ ਘਿਓ ਅਤੇ ਤੇਲ ਆ ਉੱਪਰ ਆ ਗਿਆ ਆ ਮਸਾਲੇ ਦੇ। ਹੁਣ ਅਸੀਂ ਜਿਹੜੇ ਆ ਗੱਟੇ ਆ ਆਪਣੇ ਕੱਟ ਕੇ ਰੱਖੇ ਹੋਏ ਆ, ਮੈਂ ਡੋਂਗੇ ਉਹੀ ਪਾਣੀ ਦੇ ਵਿੱਚ ਪਾ ਲਏ ਆ, ਇਹ ਆਪਾਂ ਇਹਦੇ ਵਿੱਚ ਪਾ ਦੇਣੇ ਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਆ ਨਮਕ, ਤੁਸੀਂ ਸਵਾਦ ਦੇ ਹਿਸਾਬ ਨਾਲ ਪਾਉਣਾ ਆ। ਹੁਣ ਆਪਾਂ ਸਬਜ਼ੀ ਨੂੰ 7-8 ਮਿੰਟ ਵਾਸਤੇ ਚੰਗੀ ਤਰ੍ਹਾਂ ਪੱਕਣ ਦੇਵਾਂਗੇ। ਸਬਜ਼ੀ ਜਿਹੜੀ ਆ ਸਾਡੀ ਬਣ ਕੇ ਤਿਆਰ ਹੋ ਗਈ ਆ, ਘਿਓ ਵੀ ਜਿਹੜਾ ਸਬਜ਼ੀ ਨੇ ਛੱਡ ਦਿੱਤਾ ਆ, ਦੇਖੋ ਉੱਪਰ ਆ ਗਿਆ ਤੜਕੇ। ਹੁਣ ਆਪਾਂ ਇਹਦੇ ਵਿੱਚ ਪਾਉਣਾ ਆ 1 ਚਮਚਾ ਜਿਹੜਾ ਆ ਸਬਜ਼ੀ ਮਸਾਲਾ, ਅਤੇ ਨਾਲ ਹੀ ਆਪਾਂ ਜਿਹੜਾ ਧਨੀਆ ਆ ਸਾਡਾ ਉਹ ਵੀ ਪਾ ਦੇਣਾ ਆ। ਹਿਲਾ ਦੇਣਾ ਆਪਾਂ ਸਬਜ਼ੀ ਨੂੰ।
सब्जी जिहड़ी आपां डोंगे च कट लैनी आ। गट्टे की जिहड़ी रसमी सी सब्जी आ साडी बन के तैयार आ, बहुत ही वधिया सब्जी बन के तैयार हुई आ। सब्जी की जिहड़ी रंगत आ तुसी ओह देखो किन्नी देखण दे विच ही किन्नी वधिया लग रही आ। तो इस तरीके नाल तुसी इहनू बनाउणा, बस जदों तुसी गट्टे बनाने आ उदों इस चीज़ का ध्यान रखना आ। एक तो तुसी उहदे विच देसी घिओ पाणा आ, उहदे नाल की होगा कि गट्टे जिहड़े आ अंदरों नरम बणूगे। तो आटा बहुत ज़्यादा ना तो सख्त होना चाहिए आ, जे बहुत ज़्यादा सख्त होगा तो गट्टे जिहड़े आ सख्त बणूगे, जे बहुत ज़्यादा नरम होगा आटा तुहाडा तां फिर की होना, जदों तुसी उहनां नूं पाणी दे विच पाणा आ उहनां ने खिलर जाणा आ। इस करके ये दोनों चीज़ों का ध्यान रखना आ, आटे का ध्यान रखना आ। तो जदों गट्टे तुहाडे पाणी दे विच उबलूगे पक्कण दा तां देखण दा मतलब तुसी उदों पता लग जाणा तुहानूं, जदों उहदे उत्ते चिट्टे चिट्टे जिहड़े निशान आने शुरू हो जूगे उदों तुहानूं पता लग जाणा कि गट्टे जिहड़े आ अंदरों चंगे तरीके दे नाल पक गए आ। इसे तरीके दे नाल इहनूं बणायो ते खायो। जे अज दी वीडियो तुहानूं पसंद आई तां वीडियो नूं लाइक जरूर करो, शेयर करिया करो हर एक वीडियो नूं फैमिली और फ्रेंड्स दे नाल, चैनल नूं सबसक्राइब करो, चैनल नाल ही घंटी का बटन जरूर दबाओ। उहदे नाल की होगा असीं जिहड़ी भी कोई नवीं वीडियो पावांगे उह तुहाडे तक आराम नाल पहुँच जाया करूगी। चैनल नाल जुड़ो, चैनल नूं सपोर्ट करो, कमेंट करके जरूर दस्सिया करो कि वीडियो तुहानूं कीवें दी लगी। वीडियो देखने लई बहुत बहुत धन्यवाद।